ਮੇਰਾ ਨਾਮ ਬਲਵੰਤ ਸਿੰਘ ਖਾਲਸਾ ਵੀਰ ਜੀ। ਜੀ ਕੀ ਕਹਿਣਾ ਚਾਹੋਗੇ ਇਸ ਮੁੱਦੇ ਨੂੰ ਲੈ ਕੇ ਜੀ? ਮੈਂ ਇਸ ਮੁੱਦੇ ਨੂੰ ਲੈ ਕੇ ਕਹੂੰਗਾ ਵੀ ਹਿੰਦੁਸਤਾਨ ਕੀ ਦੁਨੀਆ ਭਰ ਦੇ ਲੋਕਾਂ ਨੂੰ ਦੱਸਣਾ ਚਾਹੂੰਗਾ ਵੀ ਅਸੀਂ ਤਾਂ ਆਪਸ 'ਚ ਫੁੱਟਾ ਪਾ ਕੇ ਤਾਂ ਆਪਣਾ ਇੰਨਾ ਖੂਨ ਖਰਾਬ ਕਰ ਲਿਆ, ਅੱਜ ਬਿਮਾਰੀਆਂ ਚੱਕਰ ਲੈਣੇ ਤਿਆਰ ਨਹੀਂ ਗਏ। ਜੇ ਸਾਡੇ ਮਨ 'ਚ ਸ਼ਾਂਤੀ ਹੋਵੇ, ਖੂਨ ਵਧੀਆ ਹੋਵੇ, ਅਸੀਂ ਕਿਸੇ ਨੇ ਈਰਖਾ ਨਾ ਕਰੀਏ ਤਾਂ ਸਾਡੀ ਸ਼ਾਂਤੀ ਨਾ, ਸਾਡੇ ਕੋਈ ਬਿਮਾਰੀ ਨਾ ਹੋਵੇ, ਸਾਡੇ ਰਾਜਨੀਤਿਕ ਲੀਡਰਾਂ ਅਤੇ ਬਾਬਿਆਂ ਨੇ ਸਾਡਾ ਦੇਸ਼ ਨੂੰ ਪੱਟ ਮਾਰਿਆ, ਹਿੰਦੁਸਤਾਨ ਕੀ ਮੁਲਕ ਨੂੰ ਪੱਟ ਮਾਰਿਆ। ਮੈਂ ਮਨੁੱਖਤਾ ਨੂੰ ਦੇਣਾ ਚਾਹੂੰ ਸੁਨੇਹਾ, ਆਪਣੇ ਸ਼ਾਂਤੀ 'ਚ ਰਹਿਣਾ, ਆਪਣੇ ਮਾਨ 'ਚ ਰਹਿਣਾ। ਸਾਡੇ ਗੁਰੂਆਂ ਪੀਰਾਂ ਦਾ ਫਰਮਾਨ ਸੀ, ਮਾਨਸ ਕੀ ਜਾਤ ਸਭ ਇੱਕ ਪਛਾਣ ਪੋ, ਸਾਨੂੰ ਧਰਮਾਂ 'ਚੋਂ ਮਨ 'ਚ ਰਾਜਨੀਤੀ ਮਨ ਛੱਡਿਆ, ਸਾਡਾ ਤਾਂ ਸਾਡੀ ਦੁਨੀਆ ਨੂੰ ਖਤਮ ਕਰ ਚੁੱਕਿਆ ਅਤੇ ਭਾਰਤ ਨੂੰ ਖਾਸ ਕਰਕੇ ਅਤੇ ਪੰਜਾਬ ਨੂੰ ਉਦੋਂ ਵੱਧ। ਅਸੀਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਾਂਗੇ, ਮਨੁੱਖਤਾ ਦੀ ਗੱਲ ਕਰਨੀ ਚਾਹੁੰਦੇ ਹਾਂ। ਸਾਡੇ ਆਦਮੀ ਦੇ ਅੰਦਰ ਪਰਮਾਤਮਾ ਨੇ ਬੜਾ ਤੱਤ ਪਾਏ ਨੇ, ਆਟੋਮੈਟਿਕ ਤਿਆਰ ਹੁੰਦੇ ਨੇ। ਜੇ ਅਸੀਂ ਸ਼ਾਂਤ ਰਹੀਏ, ਸਾਦਾ ਖਾਣਾ ਖਾਈਏ, ਸਾਨੂੰ ਕੋਈ ਬਿਮਾਰੀਆਂ ਨਹੀਂ ਆਉਣਗੀਆਂ। ਬਲਵੰਤ ਸਿੰਘ ਖਾਲਸਾ ਸਰਬ ਸਾਂਝੀਵਾਲ ਸੁਸਾਇਟੀ ਵੱਲੋਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ, ਜਾਤ ਪਾਤ ਔਰ ਧਰਮ ਪਾਤ ਦੀ ਵੰਡ ਕਰਕੇ ਇਹ ਸਾਰੇ ਕਰੋਨਾ ਕੀ ਕਰੋਨਾ ਦਾ ਪਿਓ ਹੀ ਖਤਮ ਹੋ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।